ਸੋਡੀ ਪ੍ਰੋਡਕਸ਼ਨ ਹਾਊਸ ਪੇਸ਼ ਕਰਦੇ ਨੇ ਆਓ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਤਖ਼ਤ ਚੌਬਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਹਾਜ਼ਰੀ ਵਿੱਚ ਗੁਰੂ ਦੀ ਮਿੱਠੀ ਗੋਦ ਵਿੱਚ ਬੈਠ ਕੇ ਆਪ ਜੀ ਆਤਮ ਰਸ ਕੀਰਤਨ ਦਰਬਾਰ ਦਾ ਆਨੰਦ ਮਾਣ ਰਹੇ ਹੋ। ਇਹ 34ਵਾਂ ਮਹਾਂ ਪਵਿੱਤਰ ਗੁਰਮਤਿ ਸਮਾਗਮ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਸਾਹਿਬ ਤਿੰਨਾਂ ਦੇ ਉੱਦਮ ਦਾ ਸਦਕਾ ਸੰਗਤਾਂ ਦਾ ਇਕੱਠ ਇਹ ਦਰਸਾ ਰਿਹਾ ਹੈ ਕਿ ਕਿੰਨੀ ਗੁਰੂ ਦੀ ਕਿਰਪਾ ਅਤੇ ਮਿਹਰ ਬਖਸ਼ਿਸ਼ ਵਰਤ ਰਹੀ ਹੈ। ਸੰਗਤਾਂ ਦਾ ਪਿਆਰ ਇਸ ਲੁਧਿਆਣੇ ਸ਼ਹਿਰ ਦੇ ਇਲਾਕੇ ਦੀ ਸੰਗਤ ਨੇ ਔਰ ਇੱਥੋਂ ਦੇ ਮੁੱਖ ਪ੍ਰਬੰਧਕ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਮੱਕੜ ਸਾਹਿਬ ਹੁਣਾਂ ਦੇ ਪਿਆਰ ਦਾ ਸਦਕਾ ਕਿੰਨੇ ਲੰਮੇ ਸਮੇਂ ਤੋਂ ਇਸ ਗੁਰਮਤਿ ਸਮਾਗਮ ਨੂੰ ਆਪਣੀ ਮੁੱਠੀ ਵਿੱਚ ਲੈ ਲਿਆ ਹੋਇਆ। ਪਹਿਲਾਂ ਬਹੁਤ ਕਾਫੀ ਸਮਾਗਮ ਬਦਲ ਬਦਲ ਕੇ ਸ਼ਹਿਰਾਂ ਵਿੱਚ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਸੋਢੀ ਸਾਹਿਬ ਜਿੱਥੇ ਕਰਦੇ ਸਨ ਉੱਥੇ ਇਸ ਗੁਰਮਤਿ ਸਮਾਗਮ ਨੂੰ ਤੁਹਾਡੇ ਪਿਆਰ ਨੇ ਬਹੁਤ ਲੰਮੇ ਸਮੇਂ ਤੋਂ ਇੱਥੇ ਆਪਣੇ ਸ਼ਹਿਰ ਦੇ ਵਿੱਚ ਲਾਹਾ ਲੈਣ ਵਾਸਤੇ ਇਹ ਗੁਰੂ ਦੀ ਕਿਰਪਾ ਅਤੇ ਮਿਹਰ ਬਖਸ਼ਿਸ਼ ਵਰਤ ਰਹੀ ਹੈ। ਇਹ ਮਹਾਂਪੁਰਸ਼ਾਂ ਦੀਆਂ ਅਸੀਸਾਂ ਅਤੇ ਬਖਸ਼ਿਸ਼ਾਂ ਨੇ ਜਿਹਦੇ ਕਰਕੇ ਆ ਸੰਗਤ ਦਾ ਐਡਾ ਵੱਡਾ ਬੇਅੰਤ ਇਕੱਠ ਹੋ ਰਿਹਾ ਹੈ। ਮਾਤਾ ਬਿਪਨਪ੍ਰੀਤ ਕੌਰ ਜੀ ਬੈਠੇ ਨੇ ਸੰਗਤ ਵਿੱਚ, ਉਹ ਵੀ ਸੋਢੀ ਸਾਹਿਬ ਜੀ ਨੂੰ ਵਧਾਈਆਂ ਦੇ ਰਹੇ ਨੇ। ਐਸੇ ਗੁਰਮੁਖਾਂ ਨੂੰ ਵਧਾਈਆਂ ਕਿਉਂ ਨਾ ਮਿਲਣ ਬਈ, ਜਿਹੜੇ ਆਪਣੇ ਦਸਵੰਧ ਨੂੰ, ਜਿਹੜੇ ਆਪਣੀ ਕਿਰਤ ਕਮਾਈ ਨੂੰ ਕਿੱਡਾ ਵੱਡਾ ਆ ਤੁਹਾਡੇ ਲਾਹੇ ਵਾਸਤੇ ਪਰਪਕਾਰ ਵਾਸਤੇ ਖਰਚ ਕਰਦੇ ਨੇ, ਔਰ ਹੋਰ ਵੀ ਪਿਆਰ ਵਾਲੀਆਂ ਰੂਹਾਂ ਜਿਹੜੀਆਂ ਆਪਣੀਆਂ ਮਾਇਆ ਸਫਲ ਕਰਦੀਆਂ ਨੇ, ਆਪ ਜੁੜੇ ਨੇ, ਹੋਰਾਂ ਨੂੰ ਵੀ ਗੁਰੂ ਨਾਲ ਜੋੜਦੇ ਨੇ। ਇਹ ਸੰਗਤ ਦਾ ਫਲ ਹੈ। ਇਹਨਾਂ ਨੇ ਬਾਬਾ ਆਨੰਦ ਸਿੰਘ ਮਹਾਰਾਜ, ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਦਰ ਘਰ ਦੀ ਸੰਗਤ ਕੀਤੀ ਹੈ। ਸਤਿਗੁਰੂ ਜੀ ਬਾਣੀ ਵਿੱਚ ਕਿਰਪਾ ਕਰਦੇ ਹਨ ਕਿ ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਨਕ ਉਧਾਰੇ। ਕਹਿੰਦੇ ਇਨਸਾਨ 'ਤੇ ਸਭ ਤੋਂ ਜ਼ਿਆਦਾ ਅਸਰ ਸੰਗਤ ਦਾ ਪੈਂਦਾ। ਜੇ ਚੰਗੀ ਸੰਗਤ ਹੈ ਉਹੋ ਜਿਹਾ ਰੰਗ ਲੱਗ ਜਾਣਾ, ਅਤੇ ਜੇ ਮਾੜੀ ਸੰਗਤ ਹੋ ਗਈ ਤਾਂ ਮਾੜਾ ਰੰਗ ਲੱਗ ਜਾਣਾ। ਕਹਿੰਦੇ ਗਣਕਾਂ ਨੂੰ ਸੰਗਤ ਹੋ ਗਈ ਮਹਾਂਪੁਰਸ਼ਾਂ ਦੀ, ਅਤੇ ਹੱਥੋਂ ਤੋਤਾ ਦੇ ਦਿੱਤਾ, ਹੱਥੋਂ ਤੋਤਾ ਦਿੱਤਾ ਅਤੇ ਉਹਦਾ ਜੀਵਨ ਵੀ ਲੋਕ ਪ੍ਰਲੋਕ ਸਵਾਰ ਦਿੱਤਾ। ਮੈਂ ਉਸ ਪ੍ਰਸੰਗ ਵੱਲ ਨਹੀਂ ਜਾਣਾ। ਇਹ ਸੰਗਤ ਦਾ ਫਲ ਹੈ।
ਅਜਾ ਮਨ ਪਾਪੀ ਜਗ ਜਾਣਾ। ਸਤਿਗੁਰੂ ਜੀ ਕਹਿੰਦੇ ਅਜਾ ਮਨ ਨੂੰ ਸਾਰੀ ਦੁਨੀਆ ਜਾਣਦੀ ਆ, ਬੜਾ ਪਾਪੀ ਸੀ, ਪਰ ਉਹਦਾ ਪਾਰ ਉਤਾਰਾ ਹੋਇਆ ਕਿਵੇਂ? ਮਹਾਂਪੁਰਸ਼ਾਂ ਦੀ ਹੋ ਗਈ ਸੰਗਤ ਅਤੇ ਆਪਣੇ ਸੱਤਵੇਂ ਪੁੱਤਰ ਨੂੰ ਲਿਜਾ ਕੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਰੱਖ ਦਿੱਤਾ। ਮਹਾਰਾਜ ਪਾਪਾਂ ਦੇ ਬੂਟੇ ਨੂੰ ਸੱਤਵਾਂ ਫਲ ਲੱਗਿਆ ਅਤੇ ਮਹਾਂਪੁਰਸ਼ਾਂ ਨੇ ਉਹਦਾ ਨਾਮ ਨਾਰਾਇਣ ਰੱਖਿਆ ਅਤੇ ਨਾਰਾਇਣ ਨਾਰਾਇਣ ਕਰਦਿਆਂ ਅਜਾਮਲ ਪਾਪੀ ਵੀ ਉਹਦਾ ਪਾਰ ਉਤਾਰਾ ਹੋ ਗਿਆ। ਸਤਿਗੁਰੂ ਜੀ ਕਹਿੰਦੇ ਸੰਗਤ ਦਾ ਗੁਣ ਹੈ, ਸੰਗਤ ਦਾ, ਸੰਗਤ ਕਰੀਏ ਸਾਧ ਕੀ ਅੰਤ ਕਰੈ ਨਿਰਵਾਹ। ਅੱਗੇ ਇਸ ਤੋਂ ਉਲਟ ਇਹ ਵੀ ਕਿਰਪਾ ਕੀਤੀ, ਸਾਗਤ ਸੰਗ ਨਾ ਕੀਤੀ ਹੈ। ਕਹਿੰਦੇ ਜਿਹੜੇ ਆਪ ਟੁੱਟੇ ਨੇ ਗੁਰੂ ਤੋਂ, ਜਿਨ੍ਹਾਂ ਦੀ ਸ਼ਰਧਾ ਨਹੀਂ ਗੁਰੂ ਦੇ ਪ੍ਰਤੀ, ਪਿਆਰ ਨਹੀਂ, ਪ੍ਰੀਤ ਨਹੀਂ, ਉਹ ਚਾਹੇ ਕਿੰਨਾ ਮਰਜ਼ੀ ਧੰਨਵਾਨ ਹੋ ਜਾਏ, ਸੁੰਦਰ ਹੋ ਜਾਏ, ਉੱਚੀ ਕੁੱਲ ਵਿੱਚ ਹੋ ਜਾਏ, ਉਹਦੀ ਗੁਰੂ ਦੀ ਪ੍ਰੀਤ ਤੋਂ ਬਿਨਾਂ ਜੀਵਨ ਅਧੂਰਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿਫਤ ਅਤੇ ਸਲਾਘਾ ਵਿੱਚ ਸੋਢੀ ਸਾਹਿਬ ਜੀ ਆਪ ਜੀ ਨੂੰ ਕਿੰਨੇ ਪਿਆਰੇ ਬਚਨ ਸੁਣਾ ਰਹੇ ਸੀਗੇ ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਅਤ ਸੁੰਦਰ, ਕਹਿੰਦੇ ਸੁੰਦਰ ਹੋਵੇ ਜਿੰਨਾ ਮਰਜ਼ੀ ਸਰੀਰ 'ਤੇ ਸਹੱਪਣ ਹੋਵੇ, ਕੁਲੀਨ ਉੱਚੀ ਕੁੱਲ ਦੇ ਵਿੱਚ ਪੈਦਾ ਹੋਇਆ ਹੋਵੇ, ਅਤ ਸੁੰਦਰ ਕੁਲੀਨ ਚਤਰ, ਚਤਰਾਈਆਂ ਵੀ ਬੜੀਆਂ ਹੋਣ ਉਹਦੇ ਵਿੱਚ ਜੀਵ ਵਿੱਚ, ਅਤੇ ਮੁੱਖ ਗਿਆਨੀ, ਮੁੱਖ ਤੋਂ ਬੜਾ ਗਿਆਨ ਦੀਆਂ ਗੱਲਾਂ ਕਰਦਾ ਹੋਵੇ, ਬੜੀਆਂ ਗੱਲਾਂ ਆਉਂਦੀਆਂ ਹੋਣ। ਪਰ ਸਤਿਗੁਰੂ ਜੀ ਕਹਿੰਦੇ ਇੰਨੇ ਗੁਣ ਹੋਣ ਬੰਦੇ ਵਿੱਚ, ਅੱਤ ਦਾ ਸੁੰਦਰ ਹੋਵੇ, ਉੱਚੀ ਕੁੱਲ ਵਿੱਚ ਪੈਦਾ ਹੋਇਆ ਹੋਵੇ, ਮੁੱਖ ਦਾ ਗਿਆਨੀ ਹੋਵੇ, ਚਤਰ ਹੋਵੇ। ਕਹਿੰਦੇ ਉਹਨੂੰ ਇਨਸਾਨ ਨੂੰ ਜਿਉਂਦੇ ਨਾ ਸਮਝੋ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਾਹੀਂ ਭਗਵੰਤ। ਜੇ ਗੁਰੂ ਨਾਲ ਪ੍ਰੀਤ ਨਹੀਂ ਤਾਂ ਉਹਨੂੰ ਮਰਿਆ ਤੁਲ ਸਮਝੋ। ਉਹ ਮਰਿਆ ਹੋਇਆ, ਉਹ ਆਤਮਿਕ ਤੌਰ 'ਤੇ ਮਰ ਚੁੱਕਿਆ ਹੋਇਆ, ਸਰੀਰ ਹੀ ਤੁਰਿਆ ਫਿਰਦਾ ਉਹਦਾ। ਸਤਿਗੁਰੂ ਜੀ ਕਹਿੰਦੇ ਨੇ ਜੈ ਕਰ ਸਾਧਨਾ ਸੇਵੀਐ ਹਰ ਕੀ ਪੂਜਾ ਨਾਹੇ, ਤੇ ਕਰ ਮਰ ਹਟ ਸਾਰ ਕੇ ਭੂਤ ਵਸੈ ਤਿਨ ਮਾਹੇ। ਇਹ ਸੰਗਤ ਦਾ ਫਲ ਹੈ। ਸੋਢੀ ਸਾਹਿਬ ਜੀ ਨੇ ਬਾਬਾ ਆਨੰਦ ਸਿੰਘ, ਬਾਬਾ ਈਸ਼ਰ ਸਿੰਘ ਜੀ ਦੇ ਘਰ ਦੀ ਸੰਗਤ ਕੀਤੀ ਅਤੇ ਆਹ ਰੰਗ ਲੱਗਿਆ ਉਹਨਾਂ ਨੂੰ, ਕਿਹੜਾ? ਜਿਹੜਾ ਗੁਰਬਾਣੀ ਦਾ ਕਥਾ ਕੀਰਤਨ ਜਗ੍ਹਾ ਜਗ੍ਹਾ 'ਤੇ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਨੇ। ਅਤੇ ਆਹ ਤੁਹਾਨੂੰ ਇਲਾਕੇ ਨੂੰ ਕਿੱਡਾ ਵੱਡਾ ਸਮਾਗਮ ਦਿੱਤਾ ਉਹਨਾਂ ਨੇ। ਦਾਸ ਵੀ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਨਾਨਕਾ ਨਗਰ ਬੜੂੰਦੀ, ਉਸ ਨਾਨਕੇ ਨਗਰ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਦਾਸ। ਉੱਥੇ ਵੀ 26 ਮਾਰਚ ਨੂੰ ਬਾਬਾ ਜੀ ਦੇ ਪਵਿੱਤਰ ਆਗਮਨ ਦਿਹਾੜੇ ਦੀ ਖੁਸ਼ੀ ਵਿੱਚ ਨਗਰ ਕੀਰਤਨ ਕੀਰਤਨ ਦਰਬਾਰ ਸਜਦੇ ਨੇ ਅਤੇ ਸੋਢੀ ਸਾਹਿਬ ਦਰਸ਼ਨ ਦਿੰਦੇ ਨੇ। ਦਾਸ ਅਸਥਾਨ ਵੱਲੋਂ ਉਹਨਾਂ ਨੂੰ ਸਰੂਪਾ ਵੀ ਭੇਟ ਕਰਨਾ ਅਤੇ ਬਾਬਾ ਜੀ ਦਾ ਉਹਨਾਂ ਨੂੰ ਸਰੂਪ ਵੀ ਭੇਟ ਕਰਨਾ ਹੈ। ਦਾਸ ਬੇਨਤੀ ਕਰੇ ਆ ਕੇ ਪ੍ਰਵਾਨ ਕਰਨ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੈਠ ਕੇ ਬੋਲੋ, ਬਾਬਾ ਜੀ ਨੂੰ ਵੀ ਮਾਨ ਸਨਮਾਨ ਦਿੱਤਾ ਜਾਣਾ। ਮਾਤਾ ਬਿਪਨਪ੍ਰੀਤ ਕੌਰ ਜੀ ਮੇਰੇ ਸਮਾਗਮ ਦੇ ਸਹਿਯੋਗੀ ਨੇ ਅਤੇ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਜੀ ਸਹਿਯੋਗੀ ਨੇ ਮੇਰੇ ਇਸ ਪ੍ਰੋਗਰਾਮ ਦੇ। ਮਾਤਾ ਜੀ ਉਹਨਾਂ ਨੂੰ ਵੀ ਬੇਨਤੀ ਹੈ, ਬਾਬਾ ਧੰਨਾ ਸਿੰਘ ਜੀ ਨੂੰ ਸਰੋਪੋ ਦੀ ਬਖਸ਼ਿਸ਼ ਦਿਓ ਜੀ, ਨਾਲ ਚਾਵਲਾ ਜੀ ਮਾਤਾ ਜੀ ਬਹੁਤ ਸਹਿਯੋਗ ਦਿੰਦੇ ਨੇ, ਹੁਣ ਵੀ ਅਸੀਸ ਦੇਣ ਆਏ ਨੇ। ਬਾਬਾ ਧੰਨਾ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਦੇ ਨਾਨਕੇ ਪਿੰਡ ਤੋਂ ਆ ਕੇ ਸਾਨੂੰ ਅਸੀਸਾਂ ਦਿੱਤੀਆਂ। ਬੋਲੇ ਸੋਨਿਹਾਰ, ਮਾਤਾ ਜੀ ਦਾ ਵੀ ਅਤੇ ਚਾਵਲਾ ਸਾਹਿਬ ਜੀ ਦਾ ਵੀ ਬਹੁਤ ਧੰਨਵਾਦ। ਬਾਬਾ ਜੀ ਦੇ ਚਰਨਾਂ 'ਤੇ ਨਮਸਕਾਰ।